ਪੰਜਾਬ 'ਚ ਬਿਜਲੀ ਨੇ ਹਾਹਾਕਾਰ ਮਚਾਈ ਹੋਈ ਹੈ। ਆਮ ਜਨਤਾ ਨੂੰ ਜਿੱਥੇ ਬਿਜਲੀ ਦੇ ਬਿੱਲ ਵਧਾ ਕੇ ਸਰਕਾਰ ਵੱਲੋਂ ਝਟਕੇ ਤੇ ਝਟਕਾ ਦਿੱਤਾ ਜਾ ਰਿਹਾ, ਉੱਥੇ ਹੁਣ ਬਿਜਲੀ ਦੇ ਬਿੱਲ ਨਾ ਭਰਨ ਵਾਲੇ ਸਰਕਾਰੀ ਅਦਾਰਿਆਂ ਦੀ ਸ਼ਾਮਤ ਆ ਗਈ ਹੈ। ਬਿਜਲੀ ਵਿਭਾਗ ਉਹਨਾਂ ਨੂੰ ਝਟਕਾ ਦੇਣ ਜਾ ਰਿਹਾ ਹੈ। ਗੁਰਦਾਸਪੁਰ ਬਿਜਲੀ ਵਿਭਾਗ ਨੇ ਸਰਕਾਰੀ ਅਦਾਰਿਆਂ ਦੀ ਬੱਤੀ ਗੁੱਲ ਕਰਨ ਦਾ ਫੈਸਲਾ ਲਿਆ। ਗੁਰਦਾਸਪੁਰ ਸਰਕਲ 'ਚ ਖਪਤਕਾਰਾਂ ਵੱਲੋਂ 394 ਕਰੋੜ ਰੁਪਏ ਦਾ ਬਕਾਇਆ ਲੈਣਾ, ਜਿਨ੍ਹਾਂ ਵਿੱਚ 344 ਕਰੋੜ ਸਰਕਾਰੀ ਅਦਾਰਿਆਂ ਦਾ, 128 ਕਰੋੜ ਇਰੀਗੇਸ਼ਨ ਵਿਭਾਗ ਦਾ, ਸੈਨੀਟੇਸ਼ਨ ਵਿਭਾਗ ਦਾ 140 ਕਰੋੜ ਅਤੇ ਲੋਕਲ ਵਿਭਾਗਾਂ ਦਾ ਬਕਾਇਆ 58 ਕਰੋੜ ਹੈ। ਇਹਨਾਂ ਸਾਰੇ ਵਿਭਾਗਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਨੇ, ਜਿਨ੍ਹਾਂ 'ਚੋਂ ਸਪੋਰਟਸ ਕਲੱਬ ਦੇ ਕਨੈਕਸ਼ਨ 'ਤੇ ਕੈਂਚੀ ਫਿਰ ਚੁੱਕੀ ਹੈ। ਟੋਟਲ ਮੈਂ ਇਸ ਸਰਕਲ 'ਚ ਇਸੇ ਮਹੀਨੇ ਦੋ ਤਰੀਕ ਨੂੰ ਜੁਆਇਨ ਕੀਤਾ ਸੀਗਾ ਅਤੇ ਟੋਟਲ ਸਾਡੀ ਜਿਹੜੀ ਗੁਰਦਾਸਪੁਰ ਸਰਕਲ ਦੀ ਜੋ ਡਿਫਾਲਟਿੰਗ ਅਮਾਊਂਟ ਹੈ, ਜਿਹੜੇ ਖਪਤਕਾਰਾਂ ਕੋਲੋਂ ਜਿਹੜੇ ਬਕਾਇਆ ਬਿੱਲ ਲੈਣੇ ਆ, ਉਹ ਟੋਟਲ 394 ਕਰੋੜ ਰੁਪਇਆ ਹੈਗਾ, ਜਿਸ 'ਚੋਂ ਕਿ 344 ਕਰੋੜ ਰੁਪਇਆ ਜਿਹੜਾ ਉਹ ਸਰਕਾਰੀ ਅਦਾਰਿਆਂ ਦਾ ਹੈਗਾ। ਮੇਨਲੀ ਜਿਹੜੇ ਸਰਕਾਰੀ ਅਦਾਰੇ ਹੈ ਜਿਨ੍ਹਾਂ ਦਾ ਮੇਨ ਜਿਹੜਾ ਅਮਾਊਂਟ ਡਿਊ ਹੈਗੀ ਹੈ, ਉਹ ਮੇਨ ਸਾਡੇ RST ਇਰੀਗੇਸ਼ਨ ਡਿਪਾਰਟਮੈਂਟ ਹੈਗਾ, ਉਹਦਾ 128 ਕਰੋੜ ਰੁਪਇਆ ਹੈਗਾ। ਵਾਟਰ ਸਪਲਾਈ ਸੈਨੀਟੇਸ਼ਨ ਦਾ 140 ਕਰੋੜ ਰੁਪਇਆ ਹੈਗਾ, ਔਰ ਜਿਹੜਾ ਹੈਗਾ ਲੋਕਲ ਗੌਰਮੈਂਟ ਦਾ ਹੈਗਾ 58 ਕਰੋੜ ਰੁਪਇਆ। ਮੇਨ ਤਿੰਨ ਡਿਪਾਰਟਮੈਂਟਾਂ ਦੇ ਆ। ਬਾਕੀ ਜਿਹੜੇ ਅਸੀਂ ਰਿਕਵਰੀ ਮੁਹਿੰਮ ਸਾਡੇ ਮਹਿਕਮੇ ਨੇ ਚਲਾਈ ਹੋਈ ਹੈ, ਖਾਸ ਕਰਕੇ ਜੋ ਸਾਡੇ ਚੇਅਰਮੈਨ ਸਾਹਿਬ ਦੀਆਂ ਇੰਸਟਰਕਸ਼ਨਾਂ ਹੈਗੀਆਂ ਵਾ, ਉਹ ਈਵਨ ਬੋਰਡ ਇੰਪਲਾਈਆਂ ਤੋਂ ਅਸੀਂ ਸ਼ੁਰੂ ਕੀਤੀ ਹੈ। ਅਤੇ ਜਿੰਨੇ ਵੀ ਸਾਡੇ ਬੋਰਡ ਇੰਪਲਾਈ ਡਿਫਾਲਟਰ ਹੈਗੇ ਆ, ਅਸੀਂ ਉਹਨਾਂ ਤੋਂ ਰਿਕਵਰੀ ਕੀਤੀ ਹੈ, ਉਹ ਕਰ ਰਹੇ ਹਾਂ। ਜਿਹੜੇ ਨਹੀਂ ਕਰਵਾ ਰਹੇ ਜਾਂ ਉਹਨਾਂ ਦੇ ਅਸੀਂ ਕਨੈਕਸ਼ਨ ਵੀ ਕੱਢ ਦਿੱਤੇ ਹੈਗੇ ਆ। ਇਸੇ ਤਰ੍ਹਾਂ ਜਿਹੜੇ ਸਰਕਾਰੀ ਅਦਾਰੇ ਹੈਗੇ ਜਿਨ੍ਹਾਂ ਵੱਲ ਬਕਾਇਆ ਬਿੱਲ ਖੜ੍ਹੇ ਹੈਗੇ ਆ, ਅਸੀਂ ਉਹਨਾਂ ਦੇ ਕਨੈਕਸ਼ਨ ਕੱਟ ਰਹੇ ਹੈਗੇ ਹਾਂ। ਔਰ ਜਿਹੜੇ ਅਸੈਂਸ਼ੀਅਲ ਸਰਵਿਸ ਛੱਡ ਕੇ ਆ, ਜਿੱਥੇ ਦੀ ਪਬਲਿਕ ਰਜਿਸਟੈਂਸ ਹੁੰਦੀ, ਪਬਲਿਕ ਉੱਥੇ ਖਾਸ ਹਰਾਸ ਨਾ ਹੋਵੇ, ਉਹਨਾਂ ਨੂੰ ਵੀ ਅਸੀਂ ਈਵਨ ਨੋਟਿਸ ਦੇ ਰਹੇ ਹੈਗੇ ਹਾਂ, ਜਿਹੜੇ ਉਹ ਬਿੱਲ ਸਾਡੇ ਆ ਸਮੇਂ ਸਿਰ ਉਹ ਜਮ੍ਹਾਂ ਕਰਾਉਣ। ਬਾਕੀ ਜਿਹੜਾ ਮੈਂ ਤੁਹਾਡੇ ਮਾਧਿਅਮ ਰਾਹੀਂ ਆਮ ਪਬਲਿਕ ਸਾਰੇ ਖਪਤਕਾਰ ਭਰਾਵਾਂ ਨੂੰ ਜਿਹੜਾ ਉਹ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਅਸੀਂ ਜਿਹੜੇ ਆਪਣੇ ਬਿੱਲ ਹੈ ਉਹ ਸਮੇਂ ਸਿਰ ਜਮ੍ਹਾਂ ਕਰਾਈਏ। ਅਤੇ ਦੂਸਰੀ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਜਿੱਦਾਂ ਬਿਜਲੀ ਚੋਰੀ ਹੈ, ਇੱਕ ਕੋਡ ਆਏਗਾ, ਮੈਂ ਸਾਰੇ ਖਪਤਕਾਰ ਵੀਰਾਂ ਨੂੰ ਅਪੀਲ ਕਰਾਂਗਾ ਕਿ ਅਸੀਂ ਸਾਰੇ ਜਿਹੜੇ ਹੈਗੇ ਆ ਇਹ ਬਿਜਲੀ ਚੋਰੀ ਕਰਨ ਤੋਂ ਗੁਰੇਜ਼ ਕਰੀਏ ਅਤੇ ਜਿਹੜੇ ਬਿਜਲੀ ਦੇ ਬਿੱਲ ਆ ਉਹ ਸਮੇਂ ਸਿਰ ਜਿਹੜੇ ਆ ਜਮ੍ਹਾਂ ਕਰਵਾਈਏ। ਇੱਕ ਪਾਸੇ ਆਮ ਜਨਤਾ 'ਤੇ ਬਿਜਲੀ ਦੀਆਂ ਦਰਾਂ ਬੋਝ ਪਾ ਰਹੀਆਂ ਨੇ, ਦੂਜੇ ਪਾਸੇ ਸਰਕਾਰੀ ਵਿਭਾਗਾਂ ਦੀ ਮਨਮਾਨੀ ਸਰਕਾਰ 'ਤੇ ਭਾਰੀ ਹੋ ਚੁੱਕੀ ਹੈ। ਜੇਕਰ ਇਹਨਾਂ ਅਦਾਰਿਆਂ ਵੱਲੋਂ ਆਪਣੇ ਬਿੱਲਾਂ ਦਾ ਭੁਗਤਾਨ ਕੀਤਾ ਜਾਏ ਤਾਂ ਪੰਜਾਬ ਅਤੇ ਮੁਲਾਜ਼ਮਾਂ ਦੀ ਵਿੱਤੀ ਹਾਲਤ 'ਚ ਸੁਧਾਰ ਹੋ ਸਕਦਾ ਹੈ। ਬਿਜਲੀ ਦੀਆਂ ਦਰਾਂ 'ਚ ਵਾਧਾ ਨਾ ਕਰਕੇ ਆਮ ਜਨਤਾ ਨੂੰ ਖੱਜਲ ਖੁਆਰੀ ਤੋਂ ਵੀ ਬਚਾਇਆ ਜਾ ਸਕਦਾ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਫਾਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫਾਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।